ਅਸੀਂ ਅੱਜ ਗੱਲ ਕਰ ਰਹੇ ਹਾਂ ਗਿੱਦੜਪਾ ਵਿਧਾਨ ਸਭਾ ਹਲਕੇ ਦੀ, ਜਿੱਥੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲਿਆ ਵਾ। ਇਸ ਦਾ ਗਿੱਦੜਪਾ ਹਲਕੇ 'ਤੇ ਅਤੇ ਪੰਜਾਬ ਦੀ ਸਿਆਸਤ 'ਤੇ ਕੀ ਅਸਰ ਪਵੇਗਾ, ਇਸ ਮਸਲੇ 'ਤੇ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਦਵਿੰਦਰ ਪਾਲ। ਦਵਿੰਦਰ ਪਾਲ ਨਮਸਕਾਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਤੁਹਾਡੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਮਿਹਰਬਾਨੀ ਦਵਿੰਦਰ ਪਾਲ। ਪਹਿਲਾਂ ਤਾਂ ਜਿਹੜਾ ਤੁਸੀਂ ਚੈਨਲ ਚਲਾ ਰਹੇ ਜੇ ਆਰਬਾਈਡ ਵਰਲਡ, ਉਹਦੀ ਬਹੁਤ ਬਹੁਤ ਵਧਾਈ। ਮੈਂ ਤੁਹਾਡੇ ਸਾਰੇ ਵੀਡੀਓਜ਼ ਦੇਖਦਾ ਵਾਂ ਔਰ ਬਹੁਤ ਅੱਛਾ ਹੁੰਗਾਰਾ ਮਿਲ ਰਿਹਾ। ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡਾ ਆਸ਼ੀਰਵਾਦ, ਤੁਹਾਡੇ ਨਾਲ ਕੰਮ ਕੀਤਾ, ਜੋ ਤੁਹਾਡੇ ਤੋਂ ਸਿੱਖਿਆ ਉਹਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਸਭ ਸਾਹਿਬ। ਥੈਂਕ ਯੂ ਦਵਿੰਦਰ। ਦਵਿੰਦਰ, ਅੱਜ ਆਪਾਂ ਗੱਲ ਕਰ ਰਹੇ ਹਾਂ ਡਿੰਪੀ ਢਿੱਲੋਂ, ਜਿਸਨੇ ਜੋ ਇੱਕ ਟਰਾਂਸਪੋਰਟਰ ਆ ਔਰ ਜਿਸਨੇ ਅਕਾਲੀ ਦਲ ਛੱਡ ਕੇ, ਜਿਹਦੇ ਨਾਲ ਉਹ ਆਲਮੋਸਟ 35-40 ਸਾਲ ਜੁੜਿਆ ਰਿਹਾ, ਉਹ ਛੱਡ ਕੇ ਉਹਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਆ, ਇਸ ਡਿਵੈਲਪਮੈਂਟ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਜੇ? ਸੰਧੂ ਸਾਹਿਬ, ਵੈਸੇ ਇਹਨੂੰ ਆਪਾਂ ਇਕੱਲੀ ਡਿਵੈਲਪਮੈਂਟ ਨੂੰ ਨਾ ਦੇਖੀਏ, ਓਵਰਆਲ ਜੇ ਸਿਆਸਤ ਦਾ ਅਨਾਲਿਸਿਸ ਕਹਿ ਲਈਏ, ਵਿਸ਼ਲੇਸ਼ਣ ਕਰੀਏ, ਤਾਂ ਇੱਕ ਗੱਲ ਕਲੀਅਰ ਹੁੰਦੀ ਹੈ, ਪਿਛਲੇ ਕਈ ਦਹਾਕਿਆਂ ਤੋਂ ਇਹ ਗੱਲ ਇੱਕ ਭਾਰੂ ਹੈ ਵੀ ਸੱਤਾ ਦਾ ਜੀ ਵਪਾਰੀਕਰਨ ਹੋ ਗਿਆ। ਪਰ ਇਹਦੇ ਨਾਲ ਇੱਕ ਜਿਹੜੀ ਗੱਲ ਇੰਪੋਰਟੈਂਟ ਹੈ ਵੀ ਸੱਤਾ ਦਾ ਵਪਾਰੀਕਰਨ ਤਾਂ ਹੋਇਆ ਹੀ ਹੋਇਆ, ਵਪਾਰੀ ਸੱਤਾ 'ਚ ਆ ਗਏ। ਜਦੋਂ ਵਪਾਰੀ ਹੀ ਸੱਤਾ 'ਚ ਆ ਗਏ, ਜਿਹੜੇ ਬੰਦੇ ਬਿਜ਼ਨਸ ਕਰਦੇ ਨੇ ਤਰ੍ਹਾਂ ਤਰ੍ਹਾਂ ਦੇ, ਚਾਹੇ ਕੋਈ ਹੋਟਲ ਚਲਾਉਂਦਾ ਹੈ, ਚਾਹੇ ਕੋਈ ਟਰਾਂਸਪੋਰਟ ਚਲਾਉਂਦਾ ਹੈ, ਚਾਹੇ ਕੋਈ ਸ਼ਰਾਬ ਦਾ ਬਿਜ਼ਨਸ ਕਰਦਾ ਹੈ, ਜਦੋਂ ਉਹਨਾਂ ਦਾ ਅੰਬੀਸ਼ਨ ਹੋਊ MLA MP ਦੀ ਇਲੈਕਸ਼ਨ ਲੜਨਗੇ, ਤਾਂ ਜਿਹੋ ਜਿਹੇ ਰਿਜ਼ਲਟ ਸਾਡੇ ਸਾਹਮਣੇ ਇਸ ਵਕਤ ਆ ਰਹੇ ਨੇ, ਤਾਂ ਇਹ ਐਕਸਪੈਕਟਡ ਹੋਣਾ ਚਾਹੀਦਾ, ਇਹ ਮੰਨ ਲੈਣਾ ਚਾਹੀਦਾ। ਹੁਣ ਅਸੀਂ ਇਹ ਲੈ ਲਈਏ ਵੀ 2012 ਦੇ ਵਿੱਚ ਜਿਹੜੀ ਹੈ ਸੁਖਬੀਰ ਸਿੰਘ ਬਾਦਲ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ, ਉਹਨਾਂ ਨੇ ਇੱਕ ਨਵਾਂ ਰੁਝਾਨ ਸ਼ੁਰੂ ਕੀਤਾ, ਨਵੇਂ ਨਵੇਂ ਬੰਦੇ ਲੈ ਕੇ ਆਏ। ਉਹਨਾਂ ਚ ਤੁਸੀਂ ਦੇਖੋ ਫਰੀਦਕੋਟ ਤੋਂ ਦੀਪ ਬਲਹੋਤਰਾ ਨੂੰ ਇਲੈਕਸ਼ਨ ਲੜਾਈ, ਮਾਨਸਾ ਤੋਂ ਪ੍ਰੇਮ ਮਿੱਤਲ ਨੂੰ ਇਲੈਕਸ਼ਨ ਲੜਾਈ, ਦੋਨੋਂ ਬਿਜ਼ਨਸਮੈਨ ਸੀਗੇ, ਉਸ ਤੋਂ ਬਾਅਦ ਅਕਾਲੀ ਦਲ ਚ ਲੱਭੇ ਨੀ ਕਿਤੋਂ। ਸਿਮਿਲਰਲੀ ਜੇ ਤੁਸੀਂ ਦੇਖੋ ਤਾਂ ਪਿਛਲੀ ਉਸ ਤੋਂ ਬਾਅਦ ਦੀ ਇਲੈਕਸ਼ਨ ਦੇ ਵਿੱਚ ਧੂਰੀ ਤੋਂ ਇਲੈਕਸ਼ਨ ਲੜਾਈ ਜਾਂਦੀ ਹੈ ਪ੍ਰੀਤ ਕੰਬਾਈਨ ਵਾਲੇ ਦੇ, ਪ੍ਰੀਤ ਟਰੈਕਟਰ ਵਾਲੇ ਦੇ ਮਾਲਕ ਨੂੰ। ਸਿਮਿਲਰਲੀ ਡਿੰਪੀ ਜਿਹੜਾ ਇਹ ਇਲੈਕਸ਼ਨ ਚ ਆਉਂਦਾ, ਕਿੰਨੀ ਹੋਰ ਐਗਜ਼ਾਮਪਲ ਨੇ ਜਿਹੜੀਆਂ 5-4 ਆਪਾਂ ਨੂੰ ਵੈਸੇ ਯਾਦ ਨੇ ਇਸ ਵਾਰ। ਤਾਂ ਉਹਦੇ ਚ ਇਹ ਹੈ ਵੀ ਬਿਜ਼ਨਸਮੈਨ ਕਿਸੇ ਵੀ ਤਰ੍ਹਾਂ ਦਾ ਹੋਵੇ, ਚਾਹੇ ਕੋਈ ਕਾਰਖਾਨੇਦਾਰ ਹੈ, ਚਾਹੇ ਕੋਈ ਟਰਾਂਸਪੋਰਟਰ ਹੈ, ਚਾਹੇ ਕੋਈ ਹੋਟਲਰ ਹੈ, ਉਹਦੀ ਕਿਸੇ ਵੀ ਹਕੂਮਤ ਨੂੰ ਉਹਦੀ ਬਾਂਹ ਮਰੋੜਨੀ, ਉਹਦੀ ਗਰਦਨ ਮਰੋੜਨੀ ਬਹੁਤ ਸੌਖੀ ਰਹਿੰਦੀ ਹੈ। ਜਿਹੜੇ ਮਰਜ਼ੀ ਏਜੰਸੀ ਨੂੰ ਪਿੱਛੇ ਲਾ ਦੋ, ਕੋਈ ਇਨਕਮ ਟੈਕਸ ਵਾਲੇ ਨੂੰ ਲਾ ਦੋ, ਕੋਈ ਵਿਜੀਲੈਂਸ ਨੂੰ ਲਾ ਦੋ, ਕੋਈ ਐਕਸਾਈਜ਼ ਵਾਲਿਆਂ ਨੂੰ ਲਾ ਦੋ, ਜਿਹਨੂੰ ਮਰਜ਼ੀ ਪਿੱਛੇ ਲਾ ਦੋ, ਤਾਂ ਉਹਦਾ ਜਿਹੜਾ ਕਰਨਾ ਸੌਖਾ ਹੈ। ਰਾਜਨੀਤਿਕ ਪਾਰਟੀਆਂ ਨੂੰ ਫਾਰ ਦਾ ਟਾਈਮ ਵੀ ਇਹ ਸੂਟ ਕਰਦਾ, ਕਿਉਂਕਿ ਉਹ ਬੰਦਾ ਪੈਸਾ ਖਰਚ ਸਕਦਾ ਇੱਕ ਟਿਕਟ ਲੈ ਕੇ। ਉਹ ਕਈ ਵਾਰੀ ਇਹੋ ਜਿਹੀ ਗੱਲਾਂ ਵੀ ਸੁਣਦੇ ਆ, ਦੋ ਦੋ ਤਿੰਨ ਤਿੰਨ ਹਲਕਿਆਂ ਤੇ ਖਰਚ ਕਰ ਦਿੰਦਾ, ਤੇ ਰਾਜਨੀਤਿਕ ਪਾਰਟੀਆਂ ਨੂੰ ਇੱਕ ਵਾਰ ਤਾਂ ਇਹ ਲੱਗਦਾ ਵੀ ਬੜਾ ਸੌਖਾ ਹੈ, ਪਰ ਜਦੋਂ ਉਹ ਆਪਦੇ ਓਰਿਜਿਨਲ ਕਾਡਰ ਚੋਂ ਉੱਠੇ ਹੋਏ ਨੇਤਾਵਾਂ ਦੇ ਉੱਤੇ ਪੈਸੇ ਵਾਲਿਆਂ ਨੂੰ ਥੋਪ ਦਿੰਦੇ ਨੇ, ਤਾਂ ਰਿਜ਼ਲਟ ਉਹੋ ਜਿਹਾ ਹੀ ਨਿਕਲਣਾ ਚਾਹੀਦਾ ਜਿਹੋ ਜਿਹਾ ਨਿਕਲ ਰਿਹਾ, ਜਿਹੋ ਜਿਹੇ ਅਕਾਲੀ ਦਲ ਕ੍ਰਾਈਸਿਸ ਚੋਂ ਨਿਕਲ ਰਿਹਾ। ਇਹਦਾ ਮਤਲਬ ਜੇ ਤੁਸੀਂ ਗੱਲ ਕੀਤੀ ਦਵਿੰਦਰ ਪਾਲ, ਜੋ ਤੁਸੀਂ ਕਿਹਾ ਵੀ ਵਪਾਰੀ ਸਿਆਸਤ 'ਚ ਆ ਰਹੇ ਆ ਔਰ ਪਾਰਟੀਆਂ ਉਹਨਾਂ ਨੂੰ ਵੈਲਕਮ ਕਰਦੀਆਂ ਵਾ, ਇਹ ਹੁਣ ਤੱਕ ਅਕਾਲੀ ਦਲ ਤੇ ਕਾਂਗਰਸ ਦੇ ਵਿੱਚ ਹੁੰਦਾ ਰਿਹਾ, ਪਰ ਆਮ ਆਦਮੀ ਪਾਰਟੀ ਜਿਸ ਦੇ ਵਿੱਚ ਡਿੰਪੀ ਢਿੱਲੋਂ ਸ਼ਾਮਿਲ ਹੋਏ ਨੇ, ਉਹ ਤੇ ਆਪਣੇ ਆਪ ਨੂੰ ਵੱਖਰੀ ਪਾਰਟੀ ਦੱਸਦੇ ਸੀ। ਸੋ ਤੁਹਾਨੂੰ ਲੱਗਦਾ ਵਾ ਵੀ ਹੁਣ ਉਹ ਵੀ ਉਸੇ ਰਸਤੇ ਤੇ ਤੁਰ ਪਿਆ? ਸੰਧੂ ਸਾਹਿਬ, ਪਿਛਲੇ 2-2.5 ਸਾਲਾਂ ਦੇ ਵਿੱਚ ਜੋ ਆਪਾਂ ਦੇਖਿਆ, ਮੈਜੋਰਿਟੀ ਲੋਕ ਇਹੀ ਕਹਿੰਦੇ ਨੇ ਵੀ ਕੋਈ ਫਰਕ ਨਹੀਂ ਜੀ। ਤੇ ਜਦੋਂ ਕੋਈ ਫਰਕ ਸਾਹਮਣੇ ਆਇਆ ਹੀ ਨੀ, ਫਿਰ ਡਿੰਪੀ ਚਾਹੇ ਕਾਂਗਰਸ ਚ ਹੋਵੇ, ਆਪ ਚ ਹੋਵੇ, BJP ਚ ਹੋਵੇ, ਚਾਹੇ ਅਕਾਲੀ ਦਲ ਚ ਹੋਵੇ, ਉਹ ਫਿਰ ਗੱਲਾਂ ਮੈਟਰ ਨਹੀਂ ਕਰਦੀਆਂ।
ਸਿਮਿਲਰਲੀ ਹੁਣ ਤੁਸੀਂ ਦੇਖੋ ਵੀ ਜਿਹੜੀ ਰੀਸੈਂਟ ਪਾਰਲੀਮੈਂਟਰੀ ਇਲੈਕਸ਼ਨ ਹੋ ਕੇ ਹਟੀ ਹੈ, ਉਦੋਂ ਦੇਖੋ ਕਿਹੋ ਜਿਹਾ ਸਾਨੂੰ ਤਮਾਸ਼ੇ ਜਿਹੜੇ ਆ ਉਹ ਰਾਜਨੀਤਿਕ ਤਮਾਸ਼ੇ ਦੇ ਦੇਖਣ ਨੂੰ ਮਿਲੇ ਆ, ਚਾਹੇ ਉਹ ਜਲੰਧਰ ਚ ਹੋਵੇ, ਚਾਹੇ ਉਹ ਹੁਸ਼ਿਆਰਪੁਰ ਚ ਹੋਵੇ ਜਾਂ ਕਿਤੇ ਹੋਰ ਹੋਵੇ, ਤੇ ਉਹ ਖਾਸ ਸੀਨ ਕਰਕੇ ਜਿਹੜਾ ਜਲੰਧਰ ਸਾਡੇ ਚ, ਸਾਹਮਣੇ ਆ, ਖਾਸ ਕਰਕੇ ਜਲੰਧਰ ਚ, ਖਾਸ ਕਰਕੇ ਜਲੰਧਰ ਚ ਜਿਹਨੇ ਆਮ ਆਦਮੀ ਪਾਰਟੀ ਦਾ ਪਹਿਲਾਂ 5-7 ਮਹੀਨੇ ਜਿਹੜਾ ਸਾਲ ਭਰ ਰਿਹਾ ਉਹ MP, ਤੇ ਉਸ ਤੋਂ ਬਾਅਦ ਉਹ ਟਿਕਟ ਅਨਾਊਂਸਮੈਂਟ ਹੋਣ ਤੋਂ ਬਾਅਦ ਉਹ ਭਾਜਪਾ ਚ ਆ ਜਾਂਦਾ, ਬਿਲਕੁਲ ਠੀਕ ਹੈ, ਉੱਥੋਂ ਹੀ ਅਕਾਲੀ ਦਲ ਦਾ ਬੰਦਾ ਜਿਹੜਾ ਉਹ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜਦਾ। ਜੀ ਜੀ ਤੇ ਅਸੀਂ ਇੱਕ ਕਿਸ ਤਰ੍ਹਾਂ ਦਾ ਮਤਲਬ ਮਾਹੌਲ ਜਿਹੜਾ ਉਹ ਸਿਰਜ ਰਹੇ ਹਾਂ, ਪਰ ਜੇ ਆਪਾਂ ਕਿਸ ਇਸ ਤਰ੍ਹਾਂ ਦਾ ਇਸ ਡਿਵੈਲਪਮੈਂਟ ਨੂੰ ਇਮੀਡੀਏਟ ਡਿਵੈਲਪਮੈਂਟ ਨੂੰ ਲਈਏ ਤੇ ਕੀ ਲੱਗਦਾ ਵਾ, ਜਿਹੜੀ ਜ਼ਿਮਨੀ ਚੋਣ ਹੋਣੀ ਆ, ਮੇਰੇ ਖਿਆਲ ਕਿਸੇ ਵੇਲੇ ਵੀ ਅਨਾਊਂਸਮੈਂਟ ਹੋ ਸਕਦੀ ਹੈ ਜ਼ਿਮਨੀ ਚੋਣਾਂ ਦੀ, ਉਹ ਜ਼ਿਮਨੀ ਚੋਣ ਦੇ ਵਿੱਚ ਖਾਸ ਕਰਕੇ ਗਿੱਦੜਬਾਹਾ ਹਲਕੇ 'ਚ ਆਮ ਆਦਮੀ ਪਾਰਟੀ ਨੂੰ ਕਿੰਨਾ ਫਾਇਦਾ ਤਾਂ ਲੱਗਦਾ ਵਾ ਹੋਊਗਾ, ਕਿਉਂਕਿ ਆਮ ਆਦਮੀ ਪਾਰਟੀ ਪਿਛਲੀਆਂ 2-3 ਇਲੈਕਸ਼ਨ ਦੇ ਵਿੱਚ ਲਗਾਤਾਰ ਤੀਸਰੇ ਨੰਬਰ ਤੇ ਆਉਂਦੀ ਰਹੀ ਹੈ ਗਿੱਦੜਬਾਹਾ ਤੋਂ। ਨਹੀਂ ਦੇਖੋ, ਜਿਹੜੀ ਜਨਰਲ ਇਲੈਕਸ਼ਨ ਤੇ ਬਾਈ ਇਲੈਕਸ਼ਨ ਦਾ ਫਰਕ ਹੁੰਦਾ ਹੈਗਾ, ਪੰਜਾਬ ਦੀ ਹਿਸਟਰੀ ਰਹੀ ਹੈ ਵੀ ਬਾਈ ਇਲੈਕਸ਼ਨ ਜਿਹੜੀ ਹੈ ਜ਼ਿਆਦਾਤਰ 99% ਚਾਂਸਸ ਹੁੰਦੇ ਆ ਰੂਲਿੰਗ ਪਾਰਟੀ ਜਿੱਤਦੀ ਹੈ। ਤੁਸੀਂ ਆਮ ਆਦਮੀ ਪਾਰਟੀ ਦੇ ਸੱਤਾ 'ਚ ਆਉਣ ਤੋਂ ਬਾਅਦ ਕੱਲੀ ਸੰਗਰੂਰ ਹਾਰੇ ਨੇ ਇਹ, ਉਸ ਤੋਂ ਬਾਅਦ ਜਿੰਨੀਆਂ 1-2 ਬਾਈ ਇਲੈਕਸ਼ਨਾਂ ਹੋਈਆਂ, ਚਾਹੇ ਉਹ ਜਲੰਧਰ ਪਾਰਲੀਮੈਂਟ ਦੀ ਹੋਈ, ਚਾਹੇ ਹੁਣ ਜਲੰਧਰ ਦੇ ਵਿੱਚ ਵਿਧਾਨ ਸਭਾ ਦੀ, ਤਾਂ ਉਹ ਰੂਲਿੰਗ ਪਾਰਟੀ ਨੇ ਜਿਹੜੀ ਹੈ ਜਿੱਤ ਹਾਸਲ ਕੀਤੀ, ਚਾਹੇ ਉਹ ਜਿਸ ਵੀ ਢੰਗ ਦੇ ਐਲੀਗੇਸ਼ਨ ਲੱਗੇ ਹੋਣ ਜੋ ਵੀ ਹੋਵੇ, ਪਰ ਜਿੱਤ ਸਾਡੇ ਸਾਹਮਣੇ ਆ, ਨਤੀਜਾ ਸਾਡੇ ਸਾਹਮਣੇ ਹੈਗਾ। ਇਹੀ ਪਿਛੋਕੜ 'ਚ ਅਸੀਂ ਕਾਂਗਰਸ ਤੇ ਅਕਾਲੀ ਦਲ ਦੀਆਂ ਸਰਕਾਰਾਂ ਮਿਲਾ ਤੇ ਦੇਖੋਗੇ ਤਾਂ ਉਦੋਂ ਵੀ ਜਿਹੜੀ ਇਹ ਜਿੱਤ ਜਿਹੜੀ ਆ ਉਹ ਰੂਲਿੰਗ ਪਾਰਟੀ ਦੀ ਹੁੰਦੀ ਹੈ, ਇਹ ਜਾਂ ਲੋਕਾਂ ਦਾ ਮੂਡ ਕਹਿ ਲਓ ਵੀ ਲੋਕਾਂ ਨੇ ਰੂਲਿੰਗ ਪਾਰਟੀ ਨੂੰ ਵੋਟ ਪਾਉਂਦੇ ਨੇ, ਪਰ ਉਹਨੂੰ ਤੁਸੀਂ ਇਸ ਗੱਲ ਨਾਲ ਕੰਪੇਅਰ ਨਹੀਂ ਕਰ ਸਕਦੇ ਵੀ ਉਹ ਜਿਹੜੀ ਹਕੂਮਤ ਹੈ ਉਹ ਲੋਕਾਂ ਦੇ ਵਿੱਚ ਹਰਮਨ ਪਿਆਰੀ ਹੈ, ਜਾਂ ਉਹ ਰਿਜ਼ਲਟ ਜਿਹੜਾ ਜਨਰਲ ਇਲੈਕਸ਼ਨ ਦੇ ਵਿੱਚ ਵੀ ਉਸ ਤਰ੍ਹਾਂ ਦਾ ਰਹੂਗਾ। ਇਸੇ ਗੱਲ ਨੂੰ ਧਿਆਨ ਚ ਰੱਖਦੇ ਹੋਏ ਡਿੰਪੀ ਢਿੱਲੋਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ। ਦੇਖੋ ਉਹ ਤਾਂ ਆਪਾਂ ਹੁਣ ਸੋਚ ਹੀ ਸਕਦੇ ਹਾਂ, ਬਿਜ਼ਨਸਮੈਨ ਤਾਂ ਹਮੇਸ਼ਾ ਹੀ ਓਪਰਚੁਨਿਸਟ ਹੁੰਦਾ, ਉਹਨੇ ਆਪਦਾ ਫਾਇਦਾ ਦੇਖਣਾ ਹੈ, ਜੇ ਬਿਜ਼ਨਸ ਕਰਦਾ ਉਹ ਫਾਇਦਾ ਹੈ, ਰਾਜਨੀਤੀ ਚ ਆਉਂਦਾ ਤਾਂ ਉਹ ਫਾਇਦੇ ਲਈ ਆਉਂਦਾ। ਦੇਖੋ ਜਿਹੜੇ ਬੰਦੇ ਹੋਰ ਆਉਂਦੇ ਨੇ ਸੇਵਾ ਲਈ, ਸੇਵਾ ਸੁਭਾਅ ਤਾਂ ਹੁਣ ਖਤਮ ਹੋ ਗਈ ਨਾ ਗੱਲ, ਉਹ ਤਾਂ ਕਨਸੈਪਟ ਹੀ ਖਤਮ ਹੋ ਗਿਆ, ਜਿਹੜਾ ਉਹ ਇੱਕ ਜਿਹੜਾ ਇੱਕ ਕਾਡਰ ਸੀ ਜਿਹੜਾ ਉਹ ਖਤਮ ਹੋ ਗਿਆ ਸਾਰੀਆਂ ਪਾਰਟੀਆਂ, ਹੁਣ ਜ਼ਿਆਦਾਤਰ ਤੁਹਾਨੂੰ ਓਪਰਚੁਨਿਸਟ ਦਿਸਣਗੇ ਕਿਸੇ ਤਰ੍ਹਾਂ ਦੀ। ਸੋ ਅਕਾਲੀ ਦਲ ਵਾਸਤੇ ਇੱਕ ਬਹੁਤ ਵੱਡਾ ਝਟਕਾ ਵਾ, ਕਿਉਂਕਿ ਅਕਾਲੀ ਦਲ ਦੇ ਇੱਕ ਇੱਕ ਕਰਕੇ ਕਰੀਬ ਕਰੀਬ ਸਾਰੇ ਜਿਹੜੇ ਸੀਨੀਅਰ ਲੀਡਰ ਨੇ ਜਾਂ ਸੁਖਬੀਰ ਸਿੰਘ ਬਾਦਲ ਦੇ ਸਾਥੀ ਰਹੇ ਨੇ ਉਹ ਛੱਡ ਰਹੇ ਆ, ਸੋ ਇਹ ਕੀ ਲੱਗਦਾ ਵਾ ਇਹ ਸੈਟਬੈਕ ਨੂੰ ਕਿਵੇਂ ਪੂਰਾ ਕਰਨਗੇ ਸੁਖਬੀਰ ਸਿੰਘ ਬਾਦਲ? ਦੇਖੋ ਜੀ, ਨੋ ਡਾਊਟ ਸੈਟਬੈਕ ਬਹੁਤ ਵੱਡੀ ਹੈ, ਇਹ ਤੋਂ ਪਹਿਲਾਂ ਜਿਹੜੀ ਲੀਡਰਸ਼ਿਪ ਸਾਰੀ ਛੱਡ ਗਈ ਉਹ ਇਸ ਤੋਂ ਵੀ ਵੱਡੀ ਸੈਟਬੈਕ ਸੀ, ਪਰ ਉਹਦੇ ਚ ਸਭ ਤੋਂ ਵੱਡਾ ਸਵਾਲ ਸੰਧੂ ਸਾਹਿਬ ਇਹ ਹੁੰਦਾ ਹੈ ਵੀ ਜਦੋਂ ਕਿਸੇ ਬੰਦੇ ਨੂੰ ਕ੍ਰਾਈਸਿਸ ਹੋਵੇ, ਚਾਹੇ ਘਰ ਦੇ ਵਿੱਚ ਹੋਵੇ, ਚਾਹੇ ਪਾਰਟੀ 'ਚ ਹੋਵੇ, ਚਾਹੇ ਬਿਜ਼ਨਸ 'ਚ ਹੋਵੇ, ਇੱਕ ਹੁੰਦੀ ਹੈ ਸੀਰੀਅਸਨੈਸ ਦਿਸਣੀ ਵੀ ਉਸ ਤੁਸੀਂ ਕ੍ਰਾਈਸਿਸ ਨੂੰ ਐਡਰੈਸ ਕਰਦੇ ਹੋਏ ਕੋਈ ਫੈਸਲਾ ਲੈ ਰਹੇ ਹੋ। ਉਸ ਤਰ੍ਹਾਂ ਦੇ ਫੈਸਲੇ ਜਿਹੜੇ ਹੈ ਸੁਖਬੀਰ ਸਿੰਘ ਬਾਦਲ ਕਹਿ ਲਓ ਜਾਂ ਅਕਾਲੀ ਦਲ ਦੀ ਇਸ ਵੇਲੇ ਜਿਹੜੀ ਕੰਟਰੋਲ ਕਰ ਰਹੀ ਲੀਡਰਸ਼ਿਪ ਹੈ, ਉਹਦੇ ਫੈਸਲੇ ਜੋ ਉਹ ਗੱਲ ਝਲਕ ਨਹੀਂ ਰਹੀ। ਫੋਰ ਐਗਜ਼ਾਮਪਲ, ਜਿਹਨਾਂ ਲੋਕਾਂ ਤੇ ਐਲੀਗੇਸ਼ਨ ਲੱਗਦੇ ਸੀ ਵੀ ਰੇਤਾ ਬਜਰੀ ਜਾਂ ਸ਼ਰਾਬ ਸਮਗਲਿੰਗ ਦੇ, ਮਾਈਨਿੰਗ ਦੇ ਦੋਸ਼ ਲੱਗਦੇ ਸੀ, ਉਹੀ ਬੰਦੇ ਪਾਰਟੀ ਦਾ ਚਿਹਰਾ ਨੇ। ਜੇ ਪਾਰਟੀ 4 ਚਿਹਰੇ ਚੱਜ ਦੇ ਸਾਹਮਣੇ ਲਿਆ ਸਕਦੇ, ਜਿਹੜੇ ਇੱਜ਼ਤਦਾਰ ਹੋਣ, ਲੋਕਾਂ ਚ ਵਿਚਰਨ ਵਾਲੇ ਹੋਣ, ਤਾਂ ਅਸੀਂ ਸਮਝ ਸਕਦੇ ਹਾਂ ਵੀ ਪਾਰਟੀ ਉਸ ਲੈਵਲ ਤੇ ਸੀਰੀਅਸ ਨਹੀਂ ਵੀ ਪਾਰਟੀ ਦਾ ਪੋਲੀਟੀਕਲ ਕ੍ਰਾਈਸਿਸ ਜਾਂ ਪੰਥਕ ਕ੍ਰਾਈਸਿਸ ਜੇ ਕਿਸੇ ਤਰ੍ਹਾਂ ਦੇ ਕ੍ਰਾਈਸਿਸ ਹੈ ਉਹਨੂੰ ਐਡਰੈਸ ਕਰਨ ਲਈ ਇਹ ਕੋਈ ਉਸ ਤਰ੍ਹਾਂ ਦੇ ਫੈਸਲੇ ਲੈ ਰਹੇ ਹੋਣ ਜਾਂ ਉਸ ਤੋਂ ਬਾਅਦ ਸਟੈਪ ਬਾਈ ਸਟੈਪ ਅੱਗੇ ਵਧ ਰਹੇ ਹੋਣ। ਦਵਿੰਦਰਪਾਲ, ਦੋ ਇਮੀਡੀਏਟ ਸਵਾਲ ਸਾਹਮਣੇ ਆਉਂਦੇ ਆ, ਇੱਕ ਤੇ ਹੈ ਜਿਹੜਾ ਅੱਜ ਦੀ ਤਾਜ਼ੀ ਡਿਵੈਲਪਮੈਂਟ ਮੈਂ ਕੁਝ ਦੇਰ ਪਹਿਲਾਂ ਹੀ ਸੁਣੀ ਆ ਕਿ ਸ਼ਾਇਦ ਬਲਵਿੰਦਰ ਸਿੰਘ ਭੁੰਦੜ ਨੂੰ ਕਾਰਜਕਾਲੀ ਹਾਂਜੀ ਹਾਂਜੀ ਬਣਾਇਆ ਗਿਆ ਪ੍ਰਧਾਨ ਲਾਇਆ ਵਾ,
ਦੂਸਰਾ ਸੁਣਨ 'ਚ ਆ ਰਿਹਾ ਵਾ ਕਿ ਸ਼ਾਇਦ ਮਨਪ੍ਰੀਤ ਬਾਦਲ ਘਰ ਵਾਪਸੀ ਅਕਾਲੀ ਦਲ 'ਚ ਵਾਪਸੀ ਕਰ ਰਹੇ ਆ, ਜੀ ਕੀ ਕਹੋਗੇ ਇਹਨਾਂ ਬਾਰੇ? ਦੇਖੋ ਜਿੱਥੋਂ ਤੱਕ ਤਾਂ ਭੁੰਦੜ ਵਾਲੇ ਫੈਸਲੇ ਦਾ ਸਵਾਲ ਹੈ, ਪਹਿਲੀ ਗੱਲ ਤਾਂ ਇਹ ਉਸੇ ਤਰ੍ਹਾਂ ਦਾ ਫੈਸਲਾ ਹੈ ਜਿਵੇਂ ਉਹਦੇ ਸੁਖਬੀਰ ਸਿੰਘ ਬਾਦਲ ਤੇ ਐਲੀਗੇਸ਼ਨ ਲੱਗਦੇ ਨੇ ਵੀ ਇਹ ਡਿਕਟੇਟਰ ਆ ਨਾ ਤੇ ਖੁਦ ਹੀ ਫੈਸਲੇ ਕਰਦੇ। ਸੁਖਬੀਰ ਬਾਦਲ ਦਾ ਇੱਕ ਜਿਵੇਂ ਅਸੀਂ ਕਹਿੰਦੇ ਜਿਵੇਂ ਗਵਰਨਮੈਂਟ ਨੋਟੀਫਿਕੇਸ਼ਨ ਕਰਦੀ ਹੈ, ਉਵੇਂ ਇੱਕ ਆਰਡਰ ਆਇਆ ਵੀ ਭੁੰਦੜ ਜਿਹੜੇ ਹੋਣਗੇ ਉਹ ਵਰਕਿੰਗ ਪ੍ਰੈਜੀਡੈਂਟ ਹੋਣ। ਕਿਹੜੀ ਮਤਲਬ ਇਹ ਕਿਸ ਲੈਵਲ ਤੇ ਫੈਸਲਾ ਹੋਇਆ, ਕਿਉਂ ਹੋਇਆ, ਪਹਿਲੀ ਗੱਲ ਤਾਂ ਇਹ ਗੱਲ ਕਲੀਅਰ ਕੀਤੀ ਜਾਵੇ। ਦੂਜੀ ਗੱਲ 2017 ਚ ਜਦੋਂ ਇਹ ਮੁੱਦੇ ਮੂੰਹ ਡਿੱਗੇ ਸੀ, ਜਦੋਂ ਤੁਸੀਂ ਵੀ MLA ਦਿੱਤੇ ਸੀ, ਉਸ ਵੇਲੇ ਤੋਂ ਗੱਲ ਤੁਰਦੀ ਹੈ ਵੀ ਸੁਖਬੀਰ ਸਿੰਘ ਬਾਦਲ ਨੂੰ ਲਾਂਭੇ ਹੋ ਜਾਣਾ ਚਾਹੀਦਾ ਹੈ। ਜਦੋਂ ਇੰਨੇ ਫੇਰ ਜਿਹੜਾ ਹੁਣ ਵੀ ਜਦੋਂ ਇਹ ਪਾਰਟੀ ਦਾ ਵੱਡੀ ਲੀਡਰਸ਼ਿਪ ਪਾਸੇ ਹੋਈ, ਉਦੋਂ ਵੀ ਗੱਲ ਉੱਠੀ ਵੀ ਅਕਾਲੀ ਦਲ ਨੂੰ ਕ੍ਰਾਈਸਿਸ ਨੂੰ ਹੈਂਡਲ ਕਰਨ ਲਈ ਜਾਂ ਉਹਦੇ ਹੱਲ ਲਈ ਇੱਕ ਪ੍ਰੈਜ਼ੀਡੀਅਮ ਬਣਾ ਕੇ ਸੁਖਬੀਰ ਸਿੰਘ ਬਾਦਲ ਪਾਸੇ ਹੋ ਜਾਣ, ਤੇ ਜੇ ਇਹੀ ਕੁਛ ਕਰਨਾ ਸੀ ਤਾਂ ਉਦੋਂ ਕਿਉਂ ਨੀ ਕੀਤਾ? ਬਿਲਕੁਲ ਸਹੀ ਗੱਲ ਹੈ ਕਿ ਸ਼ਾਇਦ ਪਹਿਲਾਂ ਹੋਣਾ ਚਾਹੀਦਾ ਸੀ। ਦੂਸਰਾ ਮਨਪ੍ਰੀਤ ਬਾਦਲ, ਤੁਹਾਨੂੰ ਕੀ ਲੱਗਦਾ ਵਾ ਕਿ ਮੈਂ ਕਿਉਂਕਿ ਇਸ ਵੇਲੇ ਕੈਨੇਡਾ ਬੈਠਾ ਵਾਂ, ਪੰਜਾਬ 'ਚ ਕੀ ਗੱਲਬਾਤ ਹੋ ਰਹੀ ਹੈ, ਸਿਆਸੀ ਚਰਚਾ ਕੀ ਆ, ਕਿ ਵਾਕਈ ਅਕਾਲੀ ਦਲ 'ਚ ਵਾਪਸ ਆ ਰਹੇ ਹੋ? ਦੇਖੋ ਦੋ ਤਰ੍ਹਾਂ ਦੀ ਗੱਲ ਚੱਲ ਰਹੀ ਹੈ, ਇੱਕ ਤਾਂ ਚਰਚਾ ਚੱਲ ਰਹੀ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਬਿਲਕੁਲ ਚੱਲ ਰਹੀ ਹੈ, ਦੂਜੇ ਪਾਸੇ ਡਿਨਾਇਲ ਮੋਡ ਤੇ ਹੈ। ਮਨਪ੍ਰੀਤ ਸਿੰਘ ਬਾਦਲ ਵੀ ਡਿਨਾਈ ਕਰ ਚੁੱਕਿਆ ਵੀ ਮੈਂ ਕਿਧਰੇ ਨਹੀਂ ਜਾ ਰਿਹਾ, ਮੈਂ ਭਾਰਤੀ ਜਨਤਾ ਪਾਰਟੀ ਛੱਡੂਗਾ। ਸੁਖਬੀਰ ਸਿੰਘ ਬਾਦਲ ਵੀ ਇਹ ਗੱਲ ਡਿਨਾਈ ਕਰ ਚੁੱਕਿਆ ਵੀ ਐਸੀ ਗੱਲਬਾਤ ਕੋਈ ਹੈ। ਪਰ ਰਾਜਨੀਤਿਕ ਬੰਦਿਆਂ ਦੀ ਕਹਿਣੀ ਤੇ ਕਥਨੀ ਚ ਇੰਨਾ ਜ਼ਿਆਦਾ ਫਰਕ ਪੈ ਚੁੱਕਿਆ ਹੈ ਤੇ ਤੁਸੀਂ ਭਰੋਸਾ ਕੋਈ ਨੀ ਕਰ ਸਕਦੇ ਵੀ ਉਹ ਸਵੇਰੇ ਬਿਆਨ ਕੀ ਦਿੰਦੇ ਤੇ ਸ਼ਾਮ ਨੂੰ ਫੈਸਲਾ ਕੀ ਲੈਂਦੇ ਆ। ਸ਼ਾਇਦ ਇਹੋ ਹੀ ਦਵਿੰਦਰਪਾਲ ਪੰਜਾਬ ਦੀ ਤਰਾਸਦੀ ਇਸ ਵੇਲੇ ਬਣੀ ਹੋਈ ਹੈ। ਬਿਲਕੁਲ ਜੀ, ਬਿਲਕੁਲ, ਬਹੁਤ ਮਿਹਰਬਾਨੀ, ਥੈਂਕ ਯੂ ਦਵਿੰਦਰਪਾਲ, ਥੈਂਕ ਯੂ, ਥੈਂਕ ਯੂ ਸੰਸਦ।